ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਜੀ ਆਪਾਂ ਲੱਗੇ ਹਾਂ ਬਤਾਊਂ ਦਾ ਭੜਥਾ ਬਣਾਉਣ, ਅਤੇ ਭੜਥੇ ਵਾਸਤੇ ਆਪਾਂ ਬੈਂਗਣ ਲਿੱਤੇ ਨੇ, ਅਤੇ ਆ ਬੈਂਗਣ ਬਹੁਤ ਵਧੀਆ ਨੇ, ਬਾਹਰੋਂ ਬਿਲਕੁਲ ਸਾਫ਼ ਨੇ। ਅਤੇ ਅੱਜ ਕੱਲ੍ਹ ਜਿਹੜੇ ਬੈਂਗਣ ਆ ਰਹੇ ਨੇ ਉਹ ਸਾਫ਼ ਹੀ ਹੁੰਦੇ ਨੇ, ਉਹਨਾਂ ਦੇ ਵਿੱਚ ਕੀੜਾ ਵਗੈਰਾ ਨਹੀਂ ਹੁੰਦੇ ਹੈ। ਅਤੇ ਵੈਸੇ ਮੈਂ ਕਿੰਨੇ ਸਾਲਾਂ ਤੋਂ ਨਾ ਬੈਂਗਣਾਂ ਨੂੰ ਉਬਾਲ ਕੇ ਹੀ ਭੜਥਾ ਬਣਾਉਣਾ ਸ਼ੁਰੂ ਕੀਤਾ ਹੋਇਆ ਸੀਗਾ, ਅਤੇ ਇਸ ਵਾਰੀ ਮੈਂ ਭੁੰਨ ਕੇ ਬਣਾਉਣ ਲੱਗੀ ਹਾਂ। ਬੈਂਗਣ ਕਾਫ਼ੀ ਸਾਫ਼ ਲੱਗਦੇ ਪਏ ਨੇ, ਵੱਧ ਤੋਂ ਵੱਧ ਮੈਂ ਕਿਹਾ ਇਹੀ ਹੋਊਗਾ ਨਾ, ਜੇ ਬੈਂਗਣ ਦੇ ਵਿੱਚੋਂ ਕੋਈ ਕੀੜਾ ਵਗੈਰਾ ਨਿਕਲੂਗਾ ਵੀ ਤਾਂ ਆਪਾਂ ਸੁੱਟ ਦਾਂਗੇ, ਹੋਰ ਕੀ ਹੈ, ਇਹੀ ਹੋ ਸਕਦਾ। ਅਤੇ ਬਾਕੀ ਜੇ ਵਧੀਆ ਨਿਕਲੇ ਤਾਂ ਚਲੋ ਆਪਣੀ ਕਿਸਮਤ ਹੈ। ਅਤੇ ਮੈਂ ਜੀ ਹੁਣ ਬੈਂਗਣਾਂ ਨੂੰ ਭੁੰਨ ਲਿਆ, ਵੈਸੇ ਬੈਂਗਣ ਸਾਫ਼ ਸੀਗੇ, ਅਤੇ ਮੈਂ ਕਿਹਾ ਚਲੋ ਅੱਜ ਆਪਾਂ ਰਿਸਕ ਲੈ ਕੇ ਦੇਖ ਹੀ ਲੈਂਦੇ ਹਾਂ ਭੁੰਨ ਕੇ, ਜੇ ਸਾਫ਼ ਹੋਏ ਤਾਂ ਭੜਥਾ ਬਣ ਜੂਗਾ, ਨਹੀਂ ਤਾਂ ਫਿਰ ਸੁੱਟਣੇ ਪੈਣਗੇ। ਅਤੇ ਲਓ ਜੀ ਬੈਂਗਣਾਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ, ਐਨ ਚੰਗੀ ਤਰ੍ਹਾਂ ਭੁੰਨ ਲਿਆ, ਤੁਸੀਂ ਦੇਖ ਸਕਦੇ ਹੋ। ਪਾਪੜੀ ਜੀ ਆ ਗਈ ਹੈ ਉੱਤੇ, ਇਹਦਾ ਮਤਲਬ ਚੰਗੀ ਤਰ੍ਹਾਂ ਆਪਣੇ ਬੈਂਗਣ ਅੰਦਰ ਤੱਕ ਭੁੰਨੇ ਗਏ ਨੇ। ਅਤੇ ਹੁਣ ਜੀ ਮੈਂ ਨਾਲ ਕੜਾਈ ਦੇ ਵਿੱਚ ਨਾ ਠੰਡਾ ਪਾਣੀ ਲੈ ਲਿਆ, ਕਿਉਂਕਿ ਗਰਮ ਗਰਮ ਦੇ ਵਿੱਚ ਤਾਂ ਹੱਥ ਨਹੀਂ ਲੱਗਦਾ ਪਿਆ, ਤੁਸੀਂ ਵੇਖ ਸਕਦੇ ਧੂੰਆਂ ਨਿਕਲਦਾ ਪਿਆ। ਅਤੇ ਮੈਂ ਗਰਮ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਪਾ ਲਏ ਨੇ, ਤਾਜ਼ਾ ਪਾਣੀ ਹੈ ਜੀ। ਅਤੇ ਹੁਣ ਆਪਾਂ ਉੱਤੋਂ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਛਿੱਲ ਲਾਂਗੇ। ਆਹ ਵੇਖੋ ਛਿੱਲੇ ਦੀ ਫਟਾਫਟ ਆਪਣੇ ਆਪ ਹੀ ਲੱਥ ਰਹੀ ਹੈ। ਅਤੇ ਬੈਂਗਣਾਂ ਨੂੰ ਹੁਣ ਜੀ ਆਪਾਂ ਛਿੱਲ ਲਿਆ, ਅਤੇ ਹੁਣ ਆਪਾਂ ਜੀ ਇਹਨੂੰ ਚਾਕੂ ਨਾਲ ਕੱਟ ਕੇ ਅਤੇ ਚੈੱਕ ਕਰਦੇ ਹਾਂ। ਵੈਸੇ ਬੈਂਗਣ ਬਿਲਕੁਲ ਸਾਫ਼ ਸੀਗੇ, ਅੱਜ ਕੱਲ੍ਹ ਵੈਸੇ ਵੀ ਵਧੀਆ ਹੀ ਆ ਰਹੇ ਨੇ ਬੈਂਗਣ ਹਲੇ, ਅਤੇ ਅੰਦਰੋਂ ਵੀ ਕੁਛ ਨਹੀਂ ਹੈਗਾ, ਅੰਦਰੋਂ ਵੀ ਐਨ ਬਿਲਕੁਲ ਸਾਫ਼ ਪਏ ਆ, ਕੋਈ ਕੀੜਾ ਵਗੈਰਾ ਕੁਛ ਨਹੀਂ ਹੈਗਾ। ਅਤੇ ਜਿਹੜੇ ਇਹਦੇ ਬੀਜ ਨੇ, ਬੀਜ ਵੀ ਪੱਕੇ ਨਹੀਂ ਹੈਗੇ, ਬੀਜ ਵੀ ਮਤਲਬ ਠੀਕ ਨੇ, ਛੋਟੇ ਛੋਟੇ ਹੀ ਸੀਗੇ। ਅਤੇ ਆਪਾਂ ਸਾਰੇ ਬੈਂਗਣਾਂ ਨੂੰ ਹੁਣ ਅੱਧੇ ਹੀ ਚੈੱਕ ਕਰ ਲੈਂਦੇ ਹਾਂ, ਜਿਹੜਾ ਵੀ ਬੈਂਗਣ ਆਪਣਾ ਵਿੱਚੋਂ ਮਾੜਾ ਮੋਟਾ ਵੀ ਲੱਗੂਗਾ ਵੀ ਕੋਈ ਖਰਾਬ ਹੈ ਕੀੜੇ ਵਗੈਰਾ ਵਾਲਾ, ਉਹਨੂੰ ਆਪਾਂ ਪਹਿਲਾਂ ਹੀ ਅਲੱਗ ਕੱਢ ਦਾਂਗੇ। ਅਤੇ ਲਓ ਜੀ ਆਪਾਂ ਦੂਸਰਾ ਬੈਂਗਣ ਵੀ ਚੈੱਕ ਕਰ ਲਿਆ, ਇਹ ਵੀ ਬਿਲਕੁਲ ਸਾਫ਼ ਪਿਆ, ਇਹਦੇ ਵਿੱਚ ਵੀ ਕੋਈ ਵੀ ਕੀੜਾ ਵਗੈਰਾ ਨਹੀਂ ਹੈ। ਜੇ ਅੱਜ ਜੇ ਬਾਹਰੋਂ ਵੀ ਸਾਫ਼ ਸੀ ਅਤੇ ਅੰਦਰੋਂ ਵੀ ਉੱਦਾਂ ਦੇ ਹੀ ਨਿਕਲੇ ਨੇ, ਨਹੀਂ ਤਾਂ ਕਈ ਵਾਰੀ ਹੁੰਦਾ ਵੀ ਬਾਹਰੋਂ ਸਾਫ਼ ਲੱਗਦੇ ਅੰਦਰੋਂ ਕੀੜਾ ਵਗੈਰਾ ਨਿਕਲ ਆਉਂਦਾ ਸੁੰਡੀ ਵਗੈਰਾ, ਪਰ ਨਹੀਂ ਸਾਫ਼ ਸੀਗੇ। ਅਤੇ ਅੱਜ ਆਪਾਂ ਚਲੋ ਜੀ ਭੁੰਨੇ ਹੋਏ ਬੈਂਗਣ ਦਾ ਭੜਥਾ ਖਾਣ ਦਾ ਮੌਕਾ ਮਿਲ ਗਿਆ ਸਾਨੂੰ, ਬੈਂਗਣ ਸਾਫ਼ ਸੀ ਤਾਂ। ਅਤੇ ਕੜਾਈ ਦੇ ਵਿੱਚ ਆਪਾਂ ਤੇਲ ਵੀ ਪਾ ਲਿਆ ਸਰੋਂ ਦਾ, ਅਤੇ ਪਿਆਜ਼ ਕੱਟ ਕੇ ਰੱਖ ਲਏ ਸੀ ਵਿੱਚੇ, ਅਦਰਕ ਕੱਟ ਲਿਆ ਸੀਗਾ ਥੋੜ੍ਹਾ ਜਿਹਾ ਮੈਂ, ਅਤੇ ਪਿਆਜ਼ ਅੱਜ ਹੀ ਮੇਰੇ ਕੋਲ ਘੱਟ ਸੀਗੇ, ਪਿਆਜ਼ ਖਤਮ ਸੀ ਅਤੇ ਗਲੀ ਦੇ ਵਿੱਚ ਕੋਈ ਭਾਈ ਆਇਆ ਵੀ ਨਹੀਂ ਸੀਗਾ, ਅਤੇ ਇਸ ਕਰਕੇ ਪਿਆਜ਼ ਮੈਂ ਥੋੜ੍ਹੇ ਘੱਟ ਪਾਏ ਨੇ, ਨਹੀਂ ਤਾਂ ਪਿਆਜ਼ ਕਾਫ਼ੀ ਸਾਰੇ ਪੈਂਦੇ ਨੇ ਭੜਥੇ ਦੇ ਵਿੱਚ। ਅਤੇ ਪਰ ਚਲੋ ਇਹ ਹੈ ਵੀ ਥੋੜ੍ਹਾ ਆਪਣਾ ਭੜਥਾ ਵੀ ਘੱਟ ਸੀਗਾ, ਉਸ ਹਿਸਾਬ ਨਾਲ ਚਲੋ ਸਰ ਜੂਗਾ। ਵੈਸੇ ਮੈਨੂੰ ਘੱਟ ਹੀ ਲੱਗ ਰਹੇ ਨੇ ਪਿਆਜ਼, ਅਤੇ ਪਿਆਜ਼ਾਂ ਨੂੰ ਮੈਂ ਭੁੰਨ ਲਿਆ, ਅਤੇ ਨਾਲ ਆਪਾਂ ਟਮਾਟਰ ਵੀ ਪਾਤੇ ਹੈ, ਹਰੀ ਮਿਰਚ, ਅਤੇ ਥੋੜ੍ਹੀ ਜਿਹੀ ਆਪਾਂ ਹਲਦੀ ਵੀ ਪਾਵਾਂਗੇ, ਹਲਦੀ ਨਾਲ ਕਲਰ ਥੋੜ੍ਹਾ ਵਧੀਆ ਲੱਗਦਾ ਸਬਜ਼ੀ ਦਾ। ਕਈ ਲੋਕ ਭੜਥੇ ਦੇ ਵਿੱਚ ਹਲਦੀ ਨਹੀਂ ਵੀ ਪਾਉਂਦੇ, ਅਤੇ ਉਹ ਫਿਰ ਕਮੈਂਟਾਂ ਕਰਨਗੇ ਵੀ ਜੀ ਹਲਦੀ ਪਾਈ ਹੈ, ਅਤੇ ਹਲਦੀ ਮੈਂ ਤਾਂ ਪਾਈ ਹੈ ਕਿਉਂਕਿ ਮੈਨੂੰ ਇਹਦਾ ਕਲਰ ਵਧੀਆ ਲੱਗਦਾ ਹਲਦੀ ਦਾ। ਅਤੇ ਲੂਣ ਪਾਤਾ, ਮਿਰਚ ਪਾਤੀ ਹੈ, ਕਾਲੀ ਮਿਰਚ ਪਾਤੀ ਸੀਗੀ, ਅਤੇ ਜੀ ਹੁਣ ਆਪਾਂ ਥੋੜ੍ਹਾ ਜਿਹਾ ਗਰਮ ਮਸਾਲਾ ਵੀ ਪਾਇਆ ਹੋਇਆ ਵਿੱਚ, ਅਤੇ ਹੁਣ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ।
ਅਤੇ ਥੋੜ੍ਹੀ ਜਿਹੀ ਆਪਾਂ ਪਾਤੀ ਹੈ ਜੀ ਇਹਦੇ ਵਿੱਚ ਕਸੂਰੀ ਮੇਥੀ, ਅਤੇ ਟਮਾਟਰਾਂ ਨੂੰ ਥੋੜ੍ਹਾ ਜਿਹਾ ਨਾ ਆਪਾਂ ਪਾਣੀ ਪਾ ਕੇ ਅਤੇ ਢੱਕ ਕੇ ਪਕਾ ਲੈਂਦੇ ਹਾਂ। ਲਓ ਜੀ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ, ਘੁਲ ਗਏ ਨੇ ਐਨ ਕੜਛੀ ਨਾਲ ਹੀ, ਅਤੇ ਥੋੜ੍ਹਾ ਜਿਹਾ ਆਪਾਂ ਹਰਾ ਧਨੀਆ ਪਾ ਦਿੱਤਾ, ਅਤੇ ਬਾਕੀ ਧਨੀਆ ਆਪਾਂ ਭੜਥੇ 'ਚ ਪਾਵਾਂਗੇ। ਹੁਣ ਜੀ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਆਪਣੇ ਭੁੰਨੇ ਹੋਏ ਬੈਂਗਣ, ਅਤੇ ਮੈਂ ਬੈਂਗਣ ਦੀ ਨਾ ਬੋਦੀਆਂ ਵੀ ਪਾਤੀਆਂ। ਮੈਨੂੰ ਬੋਦੀਆਂ ਜੀ ਬਹੁਤ ਵਧੀਆ ਲੱਗਦੀਆਂ ਨੇ ਖਾਣ 'ਚ, ਭੜਥੇਰੇ ਵਿੱਚ ਤਾਂ ਖਾਸ ਕਰਕੇ ਬਹੁਤ ਟੇਸਟੀ ਲੱਗਦੀਆਂ ਨੇ। ਅਤੇ ਹੁਣ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਨਾ ਕੜਛੀ ਨਾਲ ਫੇ ਲਾਂਗੇ, ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਕਲਕਾ ਲਾਂਗੇ। ਆ ਵੇਖੋ ਜੀ ਕੜਛੀ ਨਾਲ ਆਪਾਂ ਨੇ ਚੰਗੀ ਤਰ੍ਹਾਂ ਫੇ ਲਿਆ, ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਹਰਾ ਧਨੀਆ। ਭੜਥਾ ਆਪਣਾ ਬਣ ਗਿਆ। ਹੁਣ ਆ ਵੇਖੋ ਸਾਈਡਾਂ ਤੋਂ ਕੜਾਹੀ ਦੇ ਵਿੱਚ ਤੇਲ ਛੱਡਣਾ ਸ਼ੁਰੂ ਕਰਤਾ ਭੜਥੇ ਨੇ, ਅਤੇ ਹਰਾ ਧਨੀਆ ਵੀ ਆਪਣੇ ਕੋਲ ਹੈਗਾ ਹੈ ਵਧੀਆ ਐਨ ਫਰੈਸ਼ ਫਰੈਸ਼, ਅਤੇ ਹਰਾ ਧਨੀਆ ਵੀ ਆਪਾਂ ਪਾਤਾ, ਅਤੇ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਮੱਖਣ, ਤਾਜ਼ਾ ਤਾਜ਼ਾ ਮੱਖਣ ਕੱਢਿਆ ਹੋਇਆ ਆਪਾਂ ਹੁਣੇ ਹੀ। ਜੇ ਮਲਾਈ ਹੋਵੇ ਤਾਂ ਮਲਾਈ ਵੀ ਪਾ ਸਕਦੇ ਹਾਂ, ਪਰ ਮੈਂ ਹੁਣ ਮਲਾਈ ਤੋਂ ਤਾਜ਼ਾ ਤਾਜ਼ਾ ਮੱਖਣ ਕੱਢਿਆ, ਅਤੇ ਨਾਲ ਆਪਾਂ ਮੱਖਣ ਪਾਤਾ, ਅਤੇ ਬਹੁਤ ਟੇਸਟੀ ਬਣੂਗਾ ਭੜਥਾ। ਅਤੇ ਇਹਨੂੰ ਵੀ ਮਿਕਸ ਕਰ ਦਿੰਦੇ ਹਾਂ। ਭੜਥਾ ਵੈਸੇ ਆਪਣਾ ਬਿਲਕੁਲ ਤਿਆਰ ਹੈ ਖਾਣ ਵਾਸਤੇ। ਅਤੇ ਹੁਣ ਜੀ ਆਪਾਂ ਗੈਸ ਨੂੰ ਕਰ ਦਿੰਦੇ ਹਾਂ ਬੰਦ। ਲਓ ਜੀ ਹੁਣ ਆਪਣਾ ਭੜਥਾ ਬਿਲਕੁਲ ਬਣ ਕੇ ਤਿਆਰ ਸੀਗਾ, ਅਤੇ ਹੁਣ ਆਪਾਂ ਇਹਦੀ ਪਲੇਟਿੰਗ ਵੀ ਕਰ ਲਈ ਹੈ। ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਭੜਥਾ, ਬਹੁਤ ਜ਼ਿਆਦਾ ਟੇਸਟੀ ਲੱਗਿਆ ਭੜਥਾ।